ਸਤਿ ਸ਼੍ਰੀ ਅਕਾਲ ਦਾ ਖਾਲਸ ਟੀਵੀ ਦੇਖ ਰਹੀ ਇਸ ਸਮੇਂ ਦੀ ਵੱਡੀ ਖਬਰ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲ ਗਈ ਹੈ ਔਰ ਜ਼ਮਾਨਤ ਜਿਹੜੀ ਹੈ ਦਿੱਲੀ ਦੀ ਰਾਉਜ਼ ਐਵੈਨਿਊ ਅਦਾਲਤ ਨੇ ਦੇ ਦਿੱਤੀ ਹੈ ਤਕਰੀਬਨ 80 ਦਿਨਾਂ ਬਾਅਦ ਅਰਵਿੰਦ ਕੇਜਰੀਵਾਲ ਨੂੰ ਇਹ ਵੱਡੀ ਰਾਹਤ ਮਿਲੀ ਹੈ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਚੋਣ ਪ੍ਰਚਾਰ ਦੇ ਲਈ ਅਰਵਿੰਦ ਕੇਜਰੀਵਾਲ ਨੂੰ ਜਿਹੜਾ ਹੈ ਉਹ ਜ਼ਮਾਨਤ ਦਿੱਤੀ ਸੀ ਪਰ ਉਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ 2 ਜੂਨ ਨੂੰ ਸਰੈਂਡਰ ਕਰ ਦਿੱਤਾ ਸੀ ਤੇ ਅੱਜ ਤੇ ਕੱਲ ਜਨਕੀ ਦੋ ਦਿਨ ਲਗਾਤਾਰ ਦਿੱਲੀ ਦੀ ਰਾਉਜ਼ ਐਵੈਨਿਊ ਅਦਾਲਤ ਦੇ ਵਿੱਚ ਸੁਣਵਾਈ ਹੁੰਦੀ ਹੈ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਪਟੀਸ਼ਨ ਨੂੰ ਲੈ ਕੇ ਤਾਂ ਇਸ ਦੇ ਵਿੱਚ ED ਨੇ ਜਿਹੜਾ ਹੈ ਇਸ ਦਾ ਵਿਰੋਧ ਕੀਤਾ ਸੀ ਹਾਲਾਂਕਿ ED ਦੀਆਂ ਦਲੀਲਾਂ ਜਾਂ ਗਰਾਉਂਡ ਜੋ ਪੇਸ਼ ਕੀਤੇ ਐ ED ਨੇ ਉਹ ਸ਼ਾਇਦ ਦਿੱਲੀ ਦੀ ਰਾਉਜ਼ ਐਵੈਨਿਊ ਅਦਾਲਤ ਦੇ ਜੱਜਾਂ ਨੂੰ ਜੋ ਸੁਣਵਾਈ ਕਰ ਰਹੇ ਸੀ ਸੁਣ ਰਹੇ ਸੀ ਉਹਨਾਂ ਨੂੰ ਨਹੀਂ ਜਿਹੜੇ ਹੈ ਤਰਕ ਉਹਨਾਂ ਦੇ ਵਿੱਚ ਜੋ ਈਡੀ ਨੇ ਪੇਸ਼ ਕੀਤੇ ਉਹ ਤਰਕ ਨਹੀਂ ਸਮਝਣ ਲੱਗੇ ਜਾਂ ਫਿਰ ਉਹਨਾਂ ਤਰਕਾਂ ਦੇ ਵਿੱਚ ਕੋਈ ਠੋਸ ਜਿਹੜਾ ਹੈ ਉਹ ਜਾਣਕਾਰੀ ਨਹੀਂ ਸੀ ਜਿਸ ਕਰਕੇ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਦੀ ਰਾਉਜ਼ ਐਵੈਨਿਊ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ ਫਿਲਹਾਲ ਜ਼ਮਾਨਤ ਤਾਂ ਦਿੱਲੀ ਦੀ ਰਾਉਜ਼ ਐਵੈਨਿਊ ਅਦਾਲਤ ਨੇ ਦਿੱਤੀ ਹੈ ਪਰ ਹੁਣ ਅੱਗੇ ਈਡੀ ਜਿਹੜੀ ਹੈ ਇਹ ਦਿੱਲੀ ਹਾਈ ਕੋਰਟ ਦਾ ਵਿਰੋਧ ਕਰੇਗੀ ਅੱਜ ਕਰਦੀ ਹੈ ਜਾਂ ਕੱਲ ਸਵੇਰੇ ਕਰਦੀ ਹੈ ਇਹ ਦੇਖਣਾ ਹੋਵੇਗਾ ਤੇ ਅਰਵਿੰਦ ਕੇਜਰੀਵਾਲ ਕਦੋਂ ਰਹਾ ਹੁੰਦੇ ਹੈ ਅੱਜ ਦੇਰ ਰਾਤ ਹੁੰਦੇ ਹੈ ਜਾਂ ਫਿਰ ਕੱਲ ਨੂੰ ਹੁੰਦੇ ਕਿਉਂਕਿ ਆਰਡਰ ਜਿਹੜੇ ਹਲੇ ਬੇਲ ਆਰਡਰ ਆਣੇ ਹੈ ਬਾਕੀ ਆ ਉਹ ਹਲੇ ਤੱਕ ਨਹੀਂ ਪਰ ਅਰਵਿੰਦ ਕੇਜਰੀਵਾਲ ਨੂੰ ਇੱਕ ਵੱਡੀ ਰਾਹਤ ਮਿਲੀ ਹੈ ਤਾਂ ਇਹ ਸਾਰਾ ਮਾਮਲਾ ਹੈ ਦਿੱਲੀ ਦੇ ਵਿੱਚ ਸ਼ਰਾਬ ਘਟਾਲੇ ਮਾਮਲੇ ਦਾ ਜਿਸ ਦੇ ਵਿੱਚ ED ਨੇ ਇਲਜ਼ਾਮ ਲਗਾਇਆ ਸੀ ਅਰਵਿੰਦ ਕੇਜਰੀਵਾਲ ਨੂੰ ਦੋਸ਼ੀ ਬਣਾਇਆ ਸੀ ਮੁਲਜ਼ਮ ਬਣਾਇਆ ਸੀ ਕਿ 100 ਕਰੋੜ ਰੁਪਏ ਦਾ ਇਹਨਾਂ ਨੇ ਫੰਡ ਜਿਹੜਾ ਹੈ ਉਹ ਇਕੱਠਾ ਕੀਤਾ ਹੈ ਤਾਂ ਇਸ ਮਾਮਲੇ ਦੇ ਵਿੱਚ ਜਿਹੜਾ ਹੈ ਅਰਵਿੰਦ ਕੇਜਰੀਵਾਲ ਨੂੰ ED ਨੇ ਗ੍ਰਿਫਤਾਰ ਕਰ ਲਿਆ ਸੀ ਤਾ ਗ੍ਰਿਫਤਾਰੀ ਜਿਹੜੀ ਹੁੰਦੀ ਹੈ ਅਰਵਿੰਦ ਕੇਜਰੀਵਾਲ ਦੀ ਫਿਰ ਉਸ ਤੋਂ ਬਾਅਦ ਲਗਾਤਾਰ ਸੁਣਵਾਈਆਂ ਚੱਲਦੀਆਂ ਨੇ ਈਡੀ ਨੇ ਜਿਹੜਾ ਹੈ ਆਪਣਾ ਤਰਕ ਦਿੱਤਾ ਸੀ ਕਿ ਅਰਵਿੰਦ ਕੇਜਰੀਵਾਲ ਜਾਨੀ ਕਿ ਆਮ ਆਦਮੀ ਪਾਰਟੀ ਦੇ ਮੁਖੀ ਨੇ ਇਹ ਜਿਹੜਾ ਹੈਗੇ ਇਹਨਾਂ ਦੇ ਉੱਪਰ ਜੋ ਇਲਜ਼ਾਮ ਲਗਾਇਆ ਸੀ ਕਿ ਆਮ ਆਦਮੀ ਪਾਰਟੀ ਨੇ ਸ਼ਰਾਬ ਪਾਲਿਸੀ ਦੇ ਨਾਂ ਦੇ ਉੱਪਰ 100 ਕਰੋੜ ਰੁਪਏ ਦੀ ਕਥਿਤ ਤੌਰ ਦੇ ਉੱਪਰ ਰਿਸ਼ਵਤ ਦੀ ਮੰਗ ਕੀਤੀ ਹੈ ਤੇ ਅਜਿਹੇ ਦੇ ਵਿੱਚ ਆਮ ਆਦਮੀ ਪਾਰਟੀ ਨੇ ਮੰਗ ਕੀਤੀ ਹੈ ਫੰਡ ਆਮ ਆਦਮੀ ਪਾਰਟੀ ਦੇ ਲਈ ਮੰਗੇ ਗਏ ਤੇ ਇਸ ਦੇ ਵਿੱਚ ਮੁਲਜ਼ਮ ਜਿਹੜਾ ਹੈ ਅਰਵਿੰਦ ਕੇਜਰੀਵਾਲ ਜੋ ਕਨਵੀਨਰ ਨੇ ਆਮ ਆਦਮੀ ਪਾਰਟੀ ਦੇ ਮੁਖੀ ਹੈ ਉਹਨਾਂ ਨੂੰ ਬੁਨਾਇਆ ਜਾਵੇਗਾ ਤੇ ਇਸ ਤੋਂ ਬਾਅਦ ਫਿਰ ਸਾਰੀਆਂ ਦਲੀਲਾਂ ਸੁਨੀਆਂ ਕੱਲ ਵੀ ਸੁਨੀਆਂ ਅੱਜ ਵੀ ਸੁਨੀਆਂ ਤੇ ਅੱਜ ਤਕਰੀਬਨ ਸ਼ਾਮ 5 ਵਜੇ ਤੱਕ ਦਿੱਲੀ ਦੀ ਰਾਉ ਸੇਵਨੀ ਅਦਾਲਤ ਨੇ ਅਰਵਿੰਦ ਕੇਜਰੀਵਾਲ ਪੱਖ ਤੇ ED ਦਾ ਪੱਖ ਸੁਣ ਕੇ ਫੈਸਲਾ ਆਪਣਾ ਰੱਖਵਾ ਰੱਖ ਲਿਆ ਸੀ ਤਾਂ ਹੁਣ ਥੋੜੀ ਦੇਰ ਪਹਿਲਾਂ ਹੀ ਜਿਹੜਾ ਹੈ ਦਿੱਲੀ ਦੀ ਰਾਉਜ਼ ਐਵੇਨਿਊ ਅਦਾਲਤ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ ਤਾਂ ED ਵੱਲੋਂ ਜਿਹੜੇ ਵਕੀਲ ਪੇਸ਼ ਹੁੰਦੇ ਨੇ ਐਡੀਸ਼ਨਲ ਸੋਲੀਸਿਟਰ ਜਰਨਲ ਐਸ ਵੀ ਰਾਜੂ ਇਹ ਪੇਸ਼ ਹੁੰਦੇ ਐ ED ਵੱਲੋਂ ਇਹਨਾਂ ਨੇ ਕਿਹਾ ਕਿ ED ਨੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਜੋ ਜਾਂਚ ਕੀਤੀ ਹੈ ਉਹ ਖਵਾਜ ਤੀਰ ਨਹੀਂ ਮਾਰੇ ਅਰਵਿੰਦ ਕੇਜਰੀਵਾਲ ਦੇ ਖਿਲਾਫ ਪੁਖਤਾ ਸਬੂਤ ਮਿਲੇ ਆ ED ਨੂੰ ਤੇ ਉਹਨਾਂ ਨੂੰ ਇਸ ਕਰਕੇ ਬੇਲ ਨਹੀਂ ਮਿਲਣੀ ਚਾਹੀਦੀ ਤਾਂ ਕੇਜਰੀਵਾਲ ਵੱਲੋਂ ਜਿਹੜੇ ਪੇਸ਼ ਹੁੰਦੇ ਨੇ ਵਕੀਲ ਵਿਕਰਮ ਚੌਧਰੀ ਇਹਨਾਂ ਨੇ ਦਲੀਲ ਦਿੱਤੀ ਸੀ ਕਿ ਅਰਵਿੰਦ ਕੇਜਰੀਵਾਲ ਦੇ ਖਿਲਾਫ ਜੋ ਕੇਸ ਲਗਾਇਆ ਜਾ ਰਿਹਾ ਇਹ ਸਿਰਫ ਇੱਕ ਕਲਪਨਾ ਦੇ ਆਧਾਰ 'ਤੇ ਹੈ ਇਸ ਦੇ ਵਿੱਚ ਕੋਈ ਵੀ ਸਬੂਤ ਨਹੀਂ ਹੈ ਸਿਰਫ ਬਿਆਨ ਹੈ ਈਡੀ ਦੇ ਈਡੀ ਬਿਆਨ ਦੇ ਰਹੀ ਹੈ ਕਿ ਫਲਾਣੇ ਬੰਦੇ ਨੇ ਅਰਵਿੰਦ ਕੇਜਰੀਵਾਲ ਨੇ ਉਹਨਾਂ ਤੋਂ ਰਿਸ਼ਵਤ ਦੀ ਮੰਗ ਕੀਤੀ 100000 ਰੁਪਏ ਮੰਗਿਆ ਪਰ ਅਸਲ ਦੇ ਵਿੱਚ ਪੈਸਾ ਕਿੱਥੇ ਹੈ ਕਿਵੇਂ ਰਿਕਵਰ ਕਰਨਾ ਜਾਂ ਕੀ ਇਨਪੁਟ ਹੈਗੇ ਆ ਕਿਥੇ ਗਿਆ ਪੈਸਾ ਇਹ ਸਾਰਾ ਜਿਹੜਾ ਹੈਗਾ ਇਹ ਸਬੂਤ ਈਡੀ ਤੋਂ ਨਹੀਂ ਹੈ ਸ਼ਾਇਦ ਇਸ ਕਰਕੇ ਇਸ ਪੁਆਇੰਟ ਦੇ ਉੱਪਰ ਈਡੀ ਜਿਹੜੀ ਹੈ ਕਮਜ਼ੋਰ ਸਾਬਤ ਹੁੰਦੀ ਹੈ ਤਾਂ ਅਰਵਿੰਦ ਕੇਜਰੀਵਾਲ ਦੇ ਉੱਪਰ ਜਿਹੜਾ ਪੀਐਮਐਲਏ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ 21 ਮਾਰਚ ਨੂੰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ 1 ਅਪ੍ਰੈਲ ਨੂੰ ਫਿਰ ਉਹਨਾਂ ਨੂੰ ਤਿਹਾਰ ਜਿਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਸੁਪਰੀਮ ਕੋਰਟ ਨੇ ਫਿਰ 10 ਮਈ ਨੂੰ ਅਰਵਿੰਦ ਕੇਜਰੀਵਾਲ ਨੂੰ ਅੰਤਿਮ ਜ਼ਮਾਨਤ ਦਿੱਤੀ ਸੀ ਚੋਣ ਪ੍ਰਚਾਰ ਕਰਨ ਦੇ ਲਈ ਤਾਂ ਜ਼ਮਾਨਤ ਜਿਹੜੀ 21 ਦਿਨ ਮਿਲੀ ਸੀ 21 ਦਿਨ ਉਹ ਬਾਹਰ ਰਹਿੰਦੇ ਐ ਚੋਣ ਪ੍ਰਚਾਰ ਕਰਦੇ ਐ ਫਿਰ 2 ਜੂਨ ਨੂੰ ਸ਼ਾਮ 5 ਵਜੇ ਉਹ ਤਿਹਾਰ ਜਿਲ੍ਹ ਦੇ ਵਿੱਚ ਸਰੈਂਡਰ ਕਰ ਦਿੰਦੇ ਨੇ ਤਾਂ ਬੁੱਧਵਾਰ ਫਿਰ ਅਰਵਿੰਦ ਕੇਜਰੀਵਾਲ ਦੀ ਨਿਆਂਇਕ ਹਿਰਾਸਤ ਖਤਮ ਹੋ ਜਾਂਦੀ ਹੈ ਬੀਤੇ ਦਿਨ ਫ ਤੋਂ ਬਾਅਦ ਉਸ ਨੂੰ ਜਿਹੜਾ ਹੈ 3 ਜੁਲਾਈ ਤੱਕ ਵਧਾ ਦਿੱਤਾ ਜਾਂਦਾ ਹੈ ਤਾਂ ਇਸ ਵਿਚਾਲੇ ਫਿਰ rau avenue ਅਦਾਲਤ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਹੁੰਦੀ ਹੈ ਜਿਸ ਦੇ ਉੱਪਰ ਸੁਣਵਾਈ ਹੁੰਦੀ ਹੈ ਤੇ ਅਰਵਿੰਦ ਕੇਜਰੀਵਾਲ ਨੂੰ ਇੱਕ ਵੱਡੀ ਰਾਹਤ ਮਿਲੀ ਹੈ ਦਰਸਲ ਕੀ ਹੈ ਕਿ ਜਿਹੜਾ ਪੀਐਮਐਲ ਏ ਐਕਟ ਹੈ ਇਸ ਦੇ ਵਿੱਚ ਜਿਹੜੇ ਜਿਸ ਈਡੀ ਨੇ ਜੋ ਵਿੱਤ ਵਿਭਾਗ ਦੇ ਜੋ ਫਾਈਨੈਂਸ ਡਿਪਾਰਟਮੈਂਟ ਦੇ ਅੰਡਰ ਆਉਂਦੀ ਹੈ ਤਾਂ ਉਸ ਦੇ ਵਿੱਚ ਕੀ ਹੁੰਦਾ ਪੀਐਮਐਲ ਐਕਟ ਦੇ ਤਹਿਤ ਜੋ ਮਲਜ਼ਮ ਬਣਾਇਆ ਗਿਆ ਉਸ ਨੂੰ ਸਾਬਤ ਕਰਨਾ ਹੁੰਦਾ ਕੋਰਟ ਦੇ ਵਿੱਚ ਕਿ ਉਹ ਦੋਸ਼ੀ ਨਹੀਂ ਹੈ ਹਾਲਾਂਕਿ ਬਾਕੀ ਕੇਸਾਂ ਦੇ ਵਿੱਚ ਅਜਿਹਾ ਨਹੀਂ ਹੁੰਦਾ ਬਾਕੀ ਕੇਸਾਂ ਦੇ ਵਿੱਚ ਹੁੰਦਾ ਪੁਲਿਸ ਜਾਂ ਫਿਰ ਜਿਸ ਨੇ ਤੁਹਾਡੇ ਤੇ ਕਾਰਵਾਈ ਕੀਤੀ ਹੈ ਤੁਸੀਂ ਸਾਬਤ ਕਰਨਾ ਉਸ ਨੂੰ ਕਿ ਉਹ ਦੋਸ਼ੀ ਹੈ ਤਾਂ ਇਸ ਪੀਐਮਐਲਏ ਐਕਟ ਦੇ ਵਿੱਚ ਉਲਟ ਹੁੰਦਾ ਹੈ ਇੱਥੇ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਜਿਵੇਂ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਅਰਵਿੰਦ ਕੇਜਰੀਵਾਲ ਨੂੰ ਅਦਾਲਤ ਦੇ ਵਿੱਚ ਸਾਬਿਤ ਕਰਨਾ ਪਏਗਾ ਕਿ ਉਹ ਜਿਹੜੇ ਦੋਸ਼ੀ ਨਹੀਂ ਹੈ ਤਾਂ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਅਰਵਿੰਦ ਕੇਜਰੀਵਾਲ ਨੂੰ ਇੱਕ ਵੱਡੀ ਰਾਹਤ ਮਿਲੀ ਹੈ ਜ਼ਰੂਰ ਆਮ ਆਦਮੀ ਪਾਰਟੀ ਦੇ ਲਈ ਇੱਕ ਵੱਡਾ ਜਿਹੜਾ ਹੈਗਾ ਉਹ ਵੱਡਾ ਇੱਕ ਕਦਮ ਹੈਗਾ ਕਿਉਂਕਿ ਅਰਵਿੰਦ ਕੇਜਰੀਵਾਲ ਤੋਂ ਪਹਿਲਾਂ ਜਿਹੜੇ ਹੈਗੇ ਨੇ ਬਾਕੀ ਲੀਡਰ ਮਨੀਸ਼ ਸੋਧਿਆ ਹੋਣ ਜਾਂ ਉਹ ਵੀ ਹਲੇ ਤੱਕ ਜੇਲ੍ਹ ਦੇ ਵਿੱਚ ਬੰਦ ਨੇ ਅਰਵਿੰਦ ਕੇਜਰੀਵਾਲ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਇੱਕ ਵੱਡਾ ਚਿਹਰਾ ਹੈ ਔਰ ਇਸ ਤੋਂ ਬਾਅਦ ਜੇਕਰ ਦੇਖਿਆ ਸੰਜੇ ਸਿੰਘ ਉਹਨਾਂ ਨੂੰ ਵੀ ਜ਼ਮਾਨਤ ਮਿਲੀ ਹੈ ਤੇ ਹੁਣ ਉਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲ ਗਈ ਹੈ